ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਗਰੀਬ ਪਰਿਵਾਰ ਨੂੰ ਰਾਸ਼ਨ ਅਤੇ ਬੱਚਿਆਂ ਨੂੰ ਸਕੂਲ ਦੀਆਂ ਫੀਸਾਂ ਦਿੱਤੀਆਂ ਜਾਂਦੀਆਂ ਹਨ। ਮੁੱਖ ਮਹਿਮਾਨ ਵਿਧਾਇਕ ਬਾਬਾ ਹੈਨਰੀ ਵੱਲੋਂ ਸਕੂਲੀ ਬੱਚਿਆਂ ਨੂੰ ਫੀਸਾਂ ਦਿੱਤੀਆਂ ਗਈਆਂ। ਇਸ ਮੌਕੇ ਡੋਲੀ ਹੰਡਾ ਸਾਹਿਲ ਸ਼ਰਮਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। आज हमें भी काम करते हुए बच्चों की फीसों का और राशन वितरण समारोह काम करते हुए आज हमें 9 वर्ष हो गए हैं, 10वां साल लग गया है। यहाँ पर हमने 50 बच्चे जो बहुत पढ़ने लिखने में जा रहे हैं और उनकी हम सहायता करते आ रहे हैं। 2 लड़की हमारी कॉलेज में हैं, उनकी भी हम 9 वर्षों से सहायता करते आ रहे हैं। ये बच्चे पढ़ने में बहुत शार है, लायक है, अगर आगे जाकर इन्होंने बहुत राइज करना है। आप सभी भी आगे आकर इन सभी बच्चों की आप सहायता कर सकते हो। पानी में लिखे है किरत करो ते मन चलो, और ये सारा काम मानव सेवा सोसाइटी विक्रमपुरा विच साहिल शर्मा जी, हनी बाघवा जी, डॉक्टर साहब ये सेवा सोसाइटी चला रहे हो। और पिछले 7 साल तो लगातार हर महीने बच्चों को फीस दे रहे हैं, जिन नाल बच्चे पढ़ाई कर रहे हैं, और पढ़ाई करन नाल ਸਾਡੇ ਦੇਸ਼ ਦਾ ਭਵਿੱਖ ਵੀ ਬਣਦਾ ਹੈ। ਬਹੁਤ ਬਹੁਤ ਇਹਨਾਂ ਨੂੰ ਮੁਬਾਰਕਬਾਦ, ਅਤੇ ਜ਼ਰੂਰਤਮੰਦ ਭੈਣਾਂ ਨੂੰ ਰਾਸ਼ਨ ਦੇ ਕੇ ਵੀ ਇਹ ਆਪਣਾ ਫਰਜ਼ ਪੂਰਾ ਕਰ ਰਹੇ ਨੇ, ਔਰ ਮੈਂ ਉਮੀਦ ਕਰਦੀ ਹਾਂ ਇਸੇ ਤਰ੍ਹਾਂ ਇਹ ਆਪਣਾ ਕੰਮ ਕਰਦੇ ਰਹੇ, ਸੋ ਦੈਟ ਕਿ ਸੋਸਾਇਟੀ 'ਚ ਬੱਚੇ ਅੱਗੇ ਵੱਧ ਕੇ ਪੜ੍ਹ ਕੇ ਦੇਸ਼ ਦਾ ਵਧੀਆ ਭਵਿੱਖ ਬਣੇ ਔਰ ਜ਼ਰੂਰਤਮੰਦਾਂ ਦੀ ਜ਼ਰੂਰਤ ਪੂਰੀ ਹੋਵੇ। ਇਸ ਦੇ ਨਾਲ ਨਾਲ ਕੱਲ੍ਹ ਜਨਮ ਅਸ਼ਟਮੀ ਦੀ ਪੂਰਵ ਸੰਧਿਆ 'ਤੇ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ। ਜੈ ਹਿੰਦ, ਜੈ ਭਾਰਤ। ਨਰਸੇਰਾ ਨਾਰਾਇਣ ਸੇਵਾ ਮਾਨਵ ਸੇਵਾ ਸੁਸਾਇਟੀ ਜਿਹੜੀ ਕਿ ਜਲੰਧਰ ਦੇ ਵਿੱਚ ਪਿਛਲੇ  9 ਸਾਲਾਂ ਤੋਂ ਲਗਾਤਾਰ ਇਹ ਕਿਰਤ ਦਾ ਕੰਮ ਕਰ ਰਹੀ ਹੈ। ਇਹਦੇ ਵਿੱਚ 40 ਬੱਚਿਆਂ ਨੂੰ ਵਜ਼ੀਫਾ ਦਿੱਤਾ ਜਾ ਰਿਹਾ। ਉਹ ਬੱਚੇ ਨੇ ਜਿਹੜੇ ਕਿ ਗਰੀਬ ਨੇ, ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਪੜ੍ਹਾ ਨਹੀਂ ਸਕਦੇ, MCA BCA MCOM ਵਗੈਰਾ ਇੱਥੇ ਬੱਚੇ ਕਰ ਰਹੇ ਨੇ, ਔਰ ਉਹਨਾਂ ਦੀ ਜ਼ਰੂਰਤ ਦੇ ਮੁਤਾਬਿਕ ਕਿਸੇ ਨੂੰ 1000 ਰੁਪਇਆ, ਕਿਸੇ ਨੂੰ 2000 ਰੁਪਇਆ, 600 ਰੁਪਇਆ, ਇਸ ਤਰ੍ਹਾਂ ਇਹ ਬੱਚਿਆਂ ਨੂੰ ਦੇ ਰਹੇ ਨੇ। ਇਸ ਤਰ੍ਹਾਂ ਦੀ ਪਹਿਲੀ ਸੁਸਾਇਟੀ ਮੈਂ ਜਲੰਧਰ ਦੇ ਵਿੱਚ ਦੇਖੀ ਹੈ ਕਿ ਜਿਹੜਾ ਕਿ ਲਗਾਤਾਰ ਇੰਨਾ ਕਿਰਤ ਦਾ ਕੰਮ ਕਰ ਰਹੀ ਹੈ, ਔਰ ਇਹਦੇ ਨਾਲ ਨਾਲ 25 ਵਿਡੋ ਲੇਡੀਜ਼ ਨੂੰ, ਨੀਡੀ ਲੇਡੀਜ਼ ਨੂੰ ਇੱਥੇ ਰਾਸ਼ਨ ਵੀ ਦਿੱਤਾ ਜਾ ਰਿਹਾ। ਸਾਹਿਲ ਸ਼ਰਮਾ, ਹਨੀ ਭਾਰਦਵਾਜ, ਡਾਕਟਰ ਸਾਹਿਬ ਔਰ ਇਹਨਾਂ ਦੀ ਪੂਰੀ ਜਿਹੜੀ ਟੀਮ ਹੈ, ਇਹਨਾਂ ਦਾ ਜਿਹੜਾ ਕੰਮ ਹੈ ਸ਼ਲਾਘਾਯੋਗ ਹੈ। ਇਸ ਤਰ੍ਹਾਂ ਹੀ ਸਾਨੂੰ ਆਪਣੀ ਕੀਰਤ, ਆਪਣੇ ਪੈਸੇ ਦੇ ਵਿੱਚੋਂ ਵੀ ਕੁਛ ਨਾ ਕੁਛ ਦਸਵੰਤ ਕੱਢ ਕੇ ਹਮੇਸ਼ਾ ਇੱਦਾਂ ਬੱਚਿਆਂ ਦੀ ਔਰ ਇਨਸਾਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਮਨੁੱਖ ਜੀਵਨ ਹੀ ਇੱਦਾਂ ਦਾ ਜੀਵਨ ਹੈ ਜਿਹਦੇ ਵਿੱਚ ਅਸੀਂ ਇਹ ਕੀਰਤ ਦਾ ਕੰਮ ਕਰ ਸਕਦੇ ਹਾਂ। ਮੇਰੇ ਵੱਲੋਂ ਜਸਲੀਨ ਸੇਠੀ ਜੀ ਅੱਜ ਆਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਾਬਾ ਹੈਨਰੀ ਜੀ ਆਏ ਸੀ, ਉਹਨਾਂ ਦਾ ਵੀ ਧੰਨਵਾਦ, ਔਰ ਸਾਰੇ ਜਲੰਧਰ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਵੀ ਬਹੁਤ ਬਹੁਤ ਸ਼ੁਭਕਾਮਨਾਵਾਂ। ਅੱਜ ਜਨਮ ਅਸ਼ਟਮੀ ਦੇ ਪਾਵਨ ਪਰਵ ਦੇ ਉੱਤੇ ਮਾਨਵ ਸਹਿਯੋਗ ਸੁਸਾਇਟੀ ਵੱਲੋਂ ਪਿਛਲੇ 7 ਸਾਲ ਲਗਾਤਾਰ ਜਿਵੇਂ ਲੋਕ ਬੱਚਿਆਂ ਨੂੰ ਵਜ਼ੀਫੇ ਵੰਡੇ ਜਾਂਦੇ ਆ ਅਤੇ ਬਜ਼ੁਰਗਾਂ ਨੂੰ ਅਤੇ ਮਾਤਾਵਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ, ਉਸ ਮੁਤਲਕ ਅੱਜ ਵਿਕਰਮਪੁਰਾ ਦੇ ਵਿੱਚ ਸਾਡੇ ਕੌਂਸਲਰ ਪਤੀ ਸ਼੍ਰੀ ਬਾਰੀ ਸਾਹਿਬ ਦਾ
ਕਾਂਗਰਸ ਮਹਿਲਾ ਦੇ ਪ੍ਰੈਜ਼ੀਡੈਂਟ ਜਸਲੀਨ ਸੇਠੀ ਜੀ ਦੇ ਅਤੇ ਡੋਲੀ ਹਾਂਡਾ ਜੀ ਦੀ ਅਗਵਾਈ ਦੇ ਵਿੱਚ ਇਹ ਪ੍ਰੋਗਰਾਮ ਇੱਥੇ ਮਿੱਥਿਆ ਗਿਆ ਸੀਗਾ। ਮੈਂ ਇਸ ਸੁਸਾਇਟੀ ਦਾ ਅਤੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ, ਜਿਵੇਂ ਆਪਣੇ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਗਿਆ ਹੈਗਾ ਕਿ ਨਰ ਸੇਵਾ ਨਰਾਇਣ ਸੇਵਾ ਤੋਂ ਵੀ ਉੱਪਰ ਹੈਗੀ, ਉਹਦੇ ਵਿੱਚ ਸਹਿਯੋਗ ਦਿੱਤਾ। ਮੈਂ ਆਪਣੇ ਪਰਿਵਾਰ ਵੱਲੋਂ, ਆਪਣੇ ਵੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ। ਜੈ ਹਿੰਦ, ਜੈ ਭਾਰਤ।